ਐਕਸਪ੍ਰੈਸ਼ਨ ਬਲੱਡ ਦੇ ਵਿੱਚ ਆਉਂਦਾ ਹੈ, ਜੀਨਸ ਚ ਆਉਂਦਾ ਹੈ। ਇਹ ਮੇਰਾ ਸਭ ਤੋਂ ਛੋਟਾ ਪੁੱਤਰ ਹੈ, ਵੱਡਾ ਪੁੱਤਰ ਹੈ ਅਲੀ ਲੋਹਾਰ ਸਾਹਮਣੇ। ਐਂਡ ਆਮਿਰ ਲੋਹਾਰ ਲਾਈਕ ਮੇਰੀ ਟੀਨ ਏਜ ਬਿਲਕੁਲ ਇਸ ਤਰ੍ਹਾਂ ਸਨ। ਇੱਕ ਏਜ ਦਾ ਇਹ ਹਿੱਸਾ ਇਹ ਆਲਮ ਲੋਹਾਰ ਜੂਨੀ ਹੈ। ਇਸ ਵਾਸਤੇ ਨਾਂ ਰੱਖਿਆ ਕਿ ਕਾਗਜ਼ਾਂ 'ਚ ਖਤਮ ਨਾ ਹੋਵੇ ਆਲਮ ਲੋਹਾਰ ਲਿਖਣਾ, ਬਸ ਹੋਰ ਕੋਈ ਲਾਲਚ ਨਹੀਂ। ਆਲਮ ਮਾਂ ਰੋਜ਼ ਰੋਜ਼ ਥੋੜ੍ਹੀ ਪੈਦਾ ਕਰਦੀ ਹੈ।
ਚਿਰਾਗਾ ਵਾਲਾ ਮੇਲਾ ਮੈਂ ਆਪਣੇ ਵਾਲਦ ਸਾਹਿਬ ਦੇ ਨਾਲ, ਮੈਂ ਸਟੂਡੈਂਟ ਸਾਂ, ਪੜ੍ਹਦਾ ਹੁੰਦਾ ਸਾਂ, ਲਾਹੌਰ ਸੀ, ਮੈਂ ਗੁਜਰਾਤ ਤੋਂ ਜਦੋਂ ਅਸੀਂ ਲਾਹੌਰ ਆਏ ਅਤੇ ਮੇਰੇ ਵਾਲਦ ਸਾਹਿਬ ਬੜੇ ਫਖਰ ਦੇ ਨਾਲ ਮੈਨੂੰ ਜਦੋਂ ਪੇਸ਼ ਕਰਦੇ ਸਨ, ਕਹਿੰਦੇ ਇਹ ਮੇਰਾ ਪੁੱਤਰ ਬੜਾ ਸੋਹਣਾ ਗਾਉਂਦਾ ਜੀ। ਮੈਂ ਬਿਲਕੁਲ ਕੁਛ ਨਹੀਂ ਸੀ, ਉਹ ਵੀ ਮੈਂ ਸਮਝਦਾ ਮੇਰੇ ਵਾਸਤੇ ਇੰਸਪਿਰੇਸ਼ਨ ਹੈ ਮੇਰੇ ਬਾਪ ਦੀ। ਅੱਲਾਹ ਤਾਲਾ ਗਰੀਕੇ ਰਹਿਮਤ ਕਰੇ, ਔਰ ਜਿਹਨਾਂ ਦੇ ਵਾਲਦੈਨ ਸਿਰਤੇ ਸਲਾਮਤ ਸਲਾਮਤ ਰਹਿਣ ਮੇਰੀ ਲਾਲਚ ਹੈ, ਔਰ ਜਿਹੜੇ ਨਹੀਂ, ਅੱਲਾਹ ਤਾਲਾ ਉਹਨਾਂ ਦੀਆਂ ਦੁਆਵਾਂ ਤੁਹਾਡਾ ਪਿੱਛਾ ਕਰਦੀ ਰਹਿਣ। ਬਹੁਤ ਜ਼ਿਆਦਾ ਤਾਲੀਆਂ ਹੋਣੀਆਂ ਚਾਹੀਦੀਆਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।